ਇਸ ਬਾਬਾ ਸੁੱਖ ਰੱਖੇ ਅੱਜ ਹੋ ਜਾਏ ਲਾਇਸੈਂਸ ਕਲੀਅਰ। ਲਓ ਜੀ ਦੇਖੋ ਜੀ ਆ ਗਈ ਟ੍ਰੇਨ ਅਤੇ ਪੰਗਾ ਪਾਤਾ ਉਹਨਾਂ ਨੇ ਲਾਇਸੈਂਸ ਦਾ। ਗੁੱਡ ਮੋਰਨਿੰਗ ਟੂ ਐਵਰੀਵਨ, ਵੈਲਕਮ ਟੂ ਮਾਈ ਨਿਊ ਵਲੋਗ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਉੱਠ ਚੁੱਕੇ ਹਾਂ ਛੇਤੀ ਆਪਾਂ, ਅਤੇ ਸਵੇਰ ਦਾ ਟਾਈਮ ਹੋਇਆ ਹੈ 6:30 ਅਤੇ ਬਾਹਰ ਵੀਓ ਚੈੱਕ ਕਰੋ ਤੁਸੀਂ ਪਹਿਲਾਂ। ਅਤੇ ਅੱਜ ਆਪਾਂ ਕੰਮ ਤੋਂ ਲਿਖਤੀ ਆ ਛੁੱਟੀ, ਜਾਣਾ ਆਪਾਂ ਅੱਜ ਫਾਰੋ ਜਾਣਾ ਆਪਾਂ ਆਪਣੇ ਲਾਇਸੈਂਸ ਨੂੰ ਚੇਂਜ ਕਰਾਉਣ ਵਾਸਤੇ। ਪਿਛਲੇ ਵਲੋਗ 'ਚ ਤੁਸੀਂ ਦੇਖਿਆ ਹੋਣਾ ਆਪਾਂ ਮੈਡੀਕਲ ਕਰਾਇਆ ਸੀ, ਦੱਸਿਆ ਸੀ ਉਦੋਂ ਵੀ ਲਾਇਸੈਂਸ ਚੇਂਜ ਕਰਾਉਣ ਵਾਸਤੇ ਆਪਾਂ ਜਾਣਾ ਫਾਰੋ। ਅਤੇ ਅੱਜ ਸਾਡੀ ਅਪੁਆਇੰਟਮੈਂਟ ਹੈ ਅਤੇ ਅੱਜ ਆਪਾਂ ਜਾਣਾ। ਅਤੇ ਬਸ ਹੁਣ 7:15 ਦੀ ਸਾਡੀ ਟ੍ਰੇਨ ਹੈ, 6:30 ਹੋ ਗਏ ਨੇ ਅਤੇ ਰਹਿ ਗਏ ਬਸ 15-20 ਮਿੰਟ ਰੇੜੀ ਛੇੜੀ ਹੋਈ ਹੈ। ਬ੍ਰੇਕਫਾਸਟ ਕਰੀਏ ਅਤੇ ਆਪਾਂ ਚੱਲੀਏ ਟਾਈਮ ਨਾਲ। ਸਾਡੇ ਨਾਲ ਭਾਜੀ ਇੱਕ ਹੋਰ ਨੇ ਜਾਣਾ, ਉਹਨਾਂ ਨੇ ਵੀ IMT ਜਾਣਾ। ਅਤੇ ਬਸ ਚਲੋ ਤੁਹਾਨੂੰ ਰੇੜੀ ਛੇੜੀ ਹੋ ਕੇ ਮਿਲਦੇ ਹਾਂ ਆਪਾਂ। ਅਤੇ ਇੱਧਰ ਆਪਣੀ ਚਾਹ ਵੀ ਆ ਚੁੱਕੀ ਹੈ ਅਤੇ ਪਹਿਲਾਂ ਆਪਾਂ ਰੇੜੀ ਛੇੜੀ ਹੋਈਏ ਅਤੇ ਫਿਰ ਆਪਾਂ ਚਾਹ ਪੀ ਕੇ ਚੱਲਦੇ ਹਾਂ। ਲਓ ਜੀ ਰੇੜੀ ਛੇੜੀ ਹੋ ਗਏ ਆਪਾਂ, ਹੈ ਨਾ। ਅਤੇ ਚਾਹ ਚੂਹ ਵੀ ਆਪਾਂ ਪੀ ਲਈ ਆ ਸਾਰਾ ਕੁਝ, ਹੈ ਨਾ। ਅਤੇ 7:05 ਹੋ ਗਏ ਆ ਅਤੇ 15 ਦੀ ਆਪਣੀ ਟ੍ਰੇਨ ਹੈ ਅਤੇ ਨਿਕਲੀਏ ਆਪਾਂ। ਅਤੇ ਮੈਟਰੋ ਸਟੇਸ਼ਨ ਲੱਗ ਗਈ, ਮੈਂ ਤੁਹਾਨੂੰ ਦਿਖਾਉਂਦਾ ਇੱਕ ਮਿੰਟ। ਉਹਦੀ ਇਹ ਨਾ ਆ ਵਾਲਾ ਸਾਹਮਣੇ ਵਾਲਾ ਘਰ, ਇਹੀ ਆ ਮੈਟਰੋ ਸਟੇਸ਼ਨ, ਆ ਬੱਸ ਲੱਗ ਗਈ ਉਹਦੀ। 2 ਮਿੰਟ ਵੀ ਨਹੀਂ ਲੱਗਦੇ ਜਾਣ 'ਤੇ ਅਤੇ ਬਸ ਹੁਣ ਆਪਾਂ ਚੱਲਿਆ ਵਾ। ਅਤੇ ਪਾਵਰ ਬੈਂਕ ਵੀ ਪਾਲਿਆ ਹੋਇਆ ਨਾਲ ਦੀ, ਪਤਾ ਨਹੀਂ ਬੈਟਰੀ ਕਿੰਨੀ ਹੈ, 71 ਹੈ। ਚੱਲ ਜਾਏਗਾ ਕੰਮ ਅਤੇ ਬੈਟਰੀ ਨਾਲ ਖਤਮ ਹੋ ਜਾਊ ਫੋਨ ਦੀ, ਇਸ ਕਰਕੇ ਪਾਵਰ ਬੈਂਕ ਵੀ ਨਾਲ ਪਾਲਿਆ ਅਤੇ ਲੀਡ ਵੀ ਪਾਲੀ ਇਹਨਾਂ ਦਾ ਐਕਸਟੈਂਸ਼ਨ। ਚਲੋ ਕਰੀਏ ਰੋਲ ਅਤੇ ਪਾਈਏ ਨਾਲ ਅਤੇ ਫਿਰ ਆਪਾਂ ਚੱਲੀਏ ਮਿੰਟੋ ਮਿੰਟ। ਲਓ ਜੀ ਨਿਕਲ ਪਿਆ ਆਪਾਂ ਬਾਹਰ, ਮੌਸਮ ਚੈੱਕ ਕਰੋ ਪਹਿਲਾਂ। ਮੈਂ ਕਿਹਾ ਵਲੋਗ ਬਣਾ ਲਈਏ ਨਾਲ ਚੱਲੇ ਸਾਡੀ ਜੱਸੀ ਭਾਜੀ। 7:10 ਹੋ ਗਏ ਸਵੇਰ ਦੇ ਅਤੇ ਹੁਣ ਇੱਕ 11-12 ਵਜੇ ਕਿੰਨੀ ਕੜਕ ਧੁੱਪ ਲੱਗਣੀ ਅਤੇ ਸਟੇਸ਼ਨ ਲੋ ਆ ਵੀ ਗਏ ਆਪਾਂ ਝੱਟ ਹੀ। ਆਪਾਂ ਜਾਣਾ ਹੁਣ ਟ੍ਰੇਨ 'ਤੇ ਅਤੇ ਇੱਥੋਂ ਦੀ 1.5 ਘੰਟੇ ਦਾ ਰਾਹ ਹੈ ਫਾਰੋ ਦਾ। ਅਤੇ ਬਸ ਟ੍ਰੇਨ ਆਉਣ ਵਾਲੀ, ਬਸ ਹੁਣ ਟਿਕਟਾਂ ਲਈਏ ਆਪਾਂ ਅਤੇ ਚੜ੍ਹੀਏ ਫਿਰ। ਲਓ ਜੀ ਟਿਕਟ ਕਢਾ ਲਈਏ ਅਤੇ ਉੱਪਰਲੀ ਸਾਈਡ ਜਾਣਾ ਫਿਰ ਆਪਾਂ ਨਾਲ ਹੀ ਪਟੜੀ ਦੇਖੋ ਇੱਕ ਬਾਅਦ। ਟ੍ਰੇਨ ਆਉਣ ਵਾਲੀ, ਬਸ ਵੱਜ ਗਿਆ ਹੋਰਨ ਅਤੇ ਤੁਹਾਨੂੰ ਰਾਹ ਦੇ ਵਿੱਚ ਵਿਊ ਚੈੱਕ ਕਰਿਓ ਤੁਸੀਂ ਟ੍ਰੇਨ ਦੇ ਕਿੰਨੇ ਘੰਟੇ ਵੀ ਆਉਂਦੇ। ਮੈਂ ਦੂਜੀ ਵਾਰ ਚੱਲਿਆ ਫਾਰੋ ਟ੍ਰੇਨ ਦੇ ਉੱਤੇ ਅਤੇ ਬਸ ਬਾਬਾ ਸੁੱਖ ਰੱਖੇ ਅੱਜ ਹੋ ਜਾਏ ਲਾਇਸੈਂਸ ਕਲੀਅਰ ਕੰਮ, ਅਤੇ ਫਿਰ ਆਪਾਂ ਕੰਮ ਵੀ ਆਪਣਾ ਦੇਖਦੇ ਹਾਂ ਕੋਈ ਚੇਂਜ ਕਰਾਂਗੇ। ਲਓ ਜੀ ਦੇਖੋ ਆ ਗਈ ਟ੍ਰੇਨ। ਇੰਡੀਆ ਵਾਂਗੂ ਥੋੜ੍ਹੀ ਇੱਥੇ ਲੰਬੀ ਟ੍ਰੇਨ ਹੈ, 4-5 ਸਮੇਂ ਦੀ ਟ੍ਰੇਨ ਹੈ ਸਾਰੀ ਛੋਟੀ ਜਿਹੀ। ਇੱਥੇ ਬਹਿੰਦੇ
ਫਾਰੋ ਦੇਖੋ, ਧੁੱਪ ਦੇਖੋ ਕੜਾਕੇ ਦੀ ਝੜ ਚੁੱਕੀ ਆ। ਅਤੇ ਡੇਢ ਘੰਟਾ ਲੱਗ ਗਿਆ ਸਾਨੂੰ ਆਉਣ 'ਤੇ, ਅਤੇ ਹੁਣ ਆਪਾਂ ਜਾਣਾ ਆਈ ਐੱਮ ਟੀ ਦਫ਼ਤਰ, ਇੱਧਰ ਆ ਉਹ ਵੀ ਲੱਗ ਗਈ ਆ ਬੱਸ, ਤੁਰ ਕੇ 5 ਮਿੰਟ ਲੱਗਣੇ ਨੇ, ਹੁਣ ਉੱਧਰ ਨੂੰ ਚਲੇ ਜਾਂਦੇ ਹਾਂ। ਅਜੇ ਤਾਂ ਆਪਣੇ ਕੋਲ ਘੰਟਾ, 1 ਘੰਟੇ ਬਾਅਦ ਸਾਡੀ ਅਪੋਇੰਟਮੈਂਟ, ਅਤੇ ਜਾਣਦੇ ਆਪਾਂ ਬਾਕੀ। ਲਓ ਜੀ ਪਹੁੰਚ ਗਏ ਆਪਾਂ ਆਈ ਐੱਮ ਟੀ, ਦੇਖੋ ਪਹਿਲਾਂ ਹੀ ਲਾਈਨ ਲੱਗੀ ਪਈ ਹੈ, ਅਜੇ ਆਫਿਸ ਬੰਦ ਹੈ, 9 ਵਜੇ ਖੁੱਲ੍ਹਣਾ ਅਤੇ 15 ਮਿੰਟ ਪਏ ਨੇ ਅਜੇ। ਲਓ ਜੀ ਆ ਕੇ ਬਹਿ ਗਿਆ ਆਪਾਂ ਅੰਦਰ ਕਾਊਂਟਰ 'ਤੇ, ਅਤੇ ਹੁਣ ਕੰਮ ਨਿਬੇੜੀਏ ਅਤੇ ਫਿਰ ਮਿਲਿਆ ਤੁਹਾਨੂੰ ਬਾਹਰ ਜਾ ਕੇ। ਲਓ ਜੀ ਆ ਗਏ ਉੱਥੋਂ ਨਿਬੇੜ ਕੇ, ਅਤੇ ਪੰਗਾ ਪਾ ਤਾ ਉਹਨਾਂ ਨੇ ਲਾਇਸੈਂਸ ਦਾ, ਅਤੇ ਨਿਬੜਿਆ ਕੋਈ ਨਹੀਂ ਕੰਮ, ਜਦ ਤੋਂ ਵਿਚਾਲੀ ਛੱਡਤਾ ਉਹਨਾਂ ਨੇ, ਲਾਇਸੈਂਸ ਦਾ ਪੰਗਾ ਪਾ ਤਾ। ਹੁਣ ਇੰਡੀਆ ਗਏ ਸੀ ਆਪਾਂ, 2 ਲਾਇਸੈਂਸ ਬਣਾਏ ਸੀ, 1 ਡੁਪਲੀਕੇਟ ਕਢਾਇਆ ਸੀ, ਅਤੇ ਉਹ ਕਹਿੰਦੇ ਸਾਨੂੰ ਡੁਪਲੀਕੇਟ ਲਿਆ ਕੇ ਦੇ, ਜਿਹੜਾ ਪਹਿਲੇ ਵਾਲਾ ਸੀ ਉਦੋਂ ਐਕਸਪਾਇਰ ਹੋ ਗਿਆ, ਹੁਣ ਸਾਨੂੰ ਲਾਸਟ ਲਾਇਸੈਂਸ ਚਾਹੀਦਾ, ਅਤੇ ਉਹ ਮੈਂ ਘਰ ਰੱਖਿਆ ਆ ਵਾ, ਮੈਂ ਲਿਆਇਆ ਕੋਈ ਨਹੀਂ ਨਾਲ, ਅਤੇ ਬਸ ਉਹ ਕਹਿੰਦੀ ਜਦੋਂ ਉਹ ਲਿਆਏਗਾ ਨਾਲ ਹੀ ਆਪਣਾ ਲਰਨਿੰਗ ਲੈ ਜੀ, ਅਤੇ ਨਾਲ ਹੀ ਉਦੋਂ ਹੋ ਜਾਣਾ ਡਨ ਕੰਮ। ਅਤੇ ਹੁਣ ਦੇਖਦੇ ਹਾਂ ਘਰੋਂ ਦੀ ਕੋਈ ਲੈ ਕੇ ਆਉਂਦਾ ਲਾਇਸੈਂਸ, ਜਿੱਦਾਂ ਨਹੀਂ ਇੱਥੇ ਬਾਹਰੋਂ ਹੀ ਆ, ਜਿਵੇਂ ਲਾਇਸੈਂਸ ਲੈ ਕੇ ਆਉਂਦੇ ਫਿਰ ਜਮ੍ਹਾਂ ਕਰਾ ਕੇ ਫਿਰ ਜਾਂਦੇ ਆਪਾਂ ਘਰਾਂ ਨੂੰ, ਅਤੇ ਹੁਣ ਕੁਛ ਖਾਣ ਪੀਣ ਨੂੰ ਚੱਲੇ ਹਾਂ। ਭੁੱਖ ਲੱਗੀ ਨਾਲ, ਸਾਨੂੰ ਅਮਿਤ ਭਾਅ ਜੀ ਵੀ ਮਿਲ ਗਏ ਇੱਥੇ ਬਾਹਰ। ਲਓ ਜੀ ਤੁਰੇ ਆਉਂਦੇ ਜਾਂਦੇ ਵੇ ਆਪਾਂ, ਅਤੇ ਆਹ ਇੱਕ ਲੱਭੀ ਸਾਨੂੰ ਮਾਰਕੀਟ ਓਸ਼ਨ, ਅਤੇ ਇੱਕ ਉੱਧਰ ਲਿਡਲ ਵੀ ਹੈ, ਅਤੇ ਬਹੁਤ ਟਾਈਮ ਹੋ ਗਿਆ ਤੁਰਦੇ ਨੂੰ, ਫਿਰ ਆਖਰੀ ਫਾਈਨਲੀ ਪਹੁੰਚ ਗਏ ਹਾਂ, ਅਤੇ ਹੁਣ ਟਾਈਮ ਹੋ ਗਿਆ 11 ਵੱਜ ਗਏ ਆ, ਅਤੇ 11:30 ਵਜੇ ਤੋਂ ਉੱਧਰ ਟ੍ਰੇਨ ਹੈ ਫੋਰਟੀਮੋ ਤੋਂ ਫਾਰੋ ਦੀ, ਅਤੇ ਉੱਧਰੋਂ ਮੈਨੂੰ ਲੱਗਦਾ ਭੈਣ ਆਏਗੀ ਲੈ ਕੇ ਲਾਇਸੈਂਸ, ਅਤੇ ਉਹ ਆਪਾਂ ਜਮ੍ਹਾਂ ਕਰਾ ਦੇਣਾ ਇੱਥੇ, ਅਤੇ ਫਿਰ ਉਸ ਤੋਂ ਬਾਅਦ ਆਪਾਂ ਘਰ ਜਾਣਾਗੇ। ਚਲੋ ਆਪੇ ਰੁਕਣ ਗਿਆ ਜੋ। ਲਓ ਜੀ ਪਹੁੰਚ ਗਏ ਜੰਬੋ ਜਦ, ਅਤੇ ਹੁਣ ਦੇਖਣਾ ਲੱਭਣਾ ਜਾਣ ਕਿੱਧਰ ਨੂੰ ਖਾਣ ਪੀਣ। ਹਾਂਜੀ ਸੈਂਡਵਿਚ ਨਾ, ਉਹ ਤਾਂ ਦੂਜੇ ਬਣੇ ਬਣਾਏ ਸਟੋਰਾਂ ਤੋਂ ਮਿਲਣਗੇ। ਆ ਚੱਕ ਲਓ ਕ੍ਰਿਸਪ ਖਾ ਲੈਣਾ। ਲਓ ਜੀ ਹੋਰ ਆ ਸਾਹਮਣੇ ਸ਼ੋਪਿੰਗ ਸੈਂਟਰ, ਸ਼ੋਪਿੰਗ ਕਰਕੇ ਅਤੇ ਬਾਹਰ ਬਹਿ ਗਏ ਹਾਂ ਪਾਰਕ ਦੇ ਵਿੱਚ, ਅਤੇ ਇੱਥੇ ਖਾਣੇ ਪਿਉਣ ਅਤੇ ਖਾ ਪੀ ਕੇ ਮਿਲਣੇ ਤੁਹਾਨੂੰ ਵਲੋਗ। ਖਾ ਪੀ ਕੇ ਪੇਟ ਪੂਜਾ ਕਰ ਲਈ ਹੋਈ ਆ, ਅਤੇ ਹੁਣ ਆਪਾਂ ਇੱਧਰ ਬੱਸ ਸਟੇਸ਼ਨ ਟਿਕਟ ਲੈਣੀ ਭਾਅ ਜੀ, ਰਨੇ ਜਾਣਾ ਪੋਰਤੀਮੋ, ਅਤੇ ਹਜੇ ਆਪਾਂ ਲਾਇਸੈਂਸ ਕਰਾ ਕੇ ਆਪਾਂ ਫਿਰ ਬਾਅਦ 'ਚ ਜਾਵਾਂਗੇ, ਅਤੇ ਬਸ ਅੱਜ ਦੇ ਇੱਥੇ ਘੁੰਮਣੀ ਜਾਂਦੇ ਹਾਂ ਬਾਹਰੋਂ ਦੇ ਵਿੱਚ ਹੀ। ਲਓ ਜੀ ਟ੍ਰੇਨ ਸਟੇਸ਼ਨ 'ਤੇ ਆ ਕੇ ਬਹਿ ਗਏ ਆਪਾਂ, ਅਤੇ ਹੁਣ ਡੀਗਣੇ ਪਿਆ ਆਪਣਾ ਲਾਇਸੈਂਸ ਕਦੋਂ ਆਏਗਾ, ਅਤੇ ਫਿਰ ਲਾਇਸੈਂਸ ਆਏਗਾ ਫਿਰ ਦੁਬਾਰਾ ਵਾਪਸ ਉੱਤੇ ਜਾਵਾਂਗੇ ਆਈ ਐੱਮ ਟੀ, ਫਿਰ ਜਮ੍ਹਾਂ ਕਰਾਵਾਂਗੇ ਪੇਪਰ ਸਾਰੇ, ਹੈ ਨਾ, ਫਿਰ ਉਸ ਤੋਂ ਬਾਅਦ ਜਾਵਾਂਗੇ ਘਰ, ਅਤੇ ਅੱਜ ਦੇ ਬੈਠੇ ਹੋਏ ਹਾਂ ਵੇਟ ਕਰਨੇ ਪਿਆ। ਆਪਣਾ ਦੂਜਾ ਲਾਇਸੈਂਸ ਵੀ ਆ ਗਿਆ ਲਾਇਸੈਂਸ, ਅਤੇ ਹੁਣ ਆਪਾਂ ਫਿਰ ਆ ਗਏ ਇੱਥੇ ਆਈ ਐੱਮ ਟੀ 'ਤੇ, ਅਤੇ ਇਹ ਕਹਿੰਦੇ ਨੇ ਵੀ ਅੱਜ ਬ੍ਰੇਕ ਹੋਈ ਅਤੇ 2 ਵਜੇ ਆਉਣਗੇ, ਅਤੇ ਫਿਰ ਆਪਾਂ 2 ਵਜੇ ਅੰਦਰ ਜਾਵਾਂਗੇ, ਹੁਣ 2 ਵਜੇ 8 ਮਿੰਟ ਹੀ ਰਹਿ ਗਏ, 8-10 ਮਿੰਟ ਰਹਿ ਗਏ ਬਸ, ਅਤੇ ਫਿਰ ਆਪਾਂ ਕੰਮ ਨਿਬੇੜ ਗਏ ਆਪਣਾ, 4:15 ਦੀ ਟ੍ਰੇਨ ਹੈ,
ਫਿਰ ਆਪਾਂ ਘਰ ਜਾਵਾਂਗੇ। ਅਤੇ ਹਜੇ ਤਾਂ ਨਹੀਂ ਆਪਾਂ ਇੱਥੇ ਲੱਗੇ ਫਿਰਨੇ, ਸਵੇਰ ਦੇ ਆਏ ਹਾਂ ਅਤੇ ਹਜੇ ਤਾਂ ਨਹੀਂ ਆਪਾਂ ਇੱਥੇ ਹੀ ਹਾਂ ਅਤੇ ਬਾਕੀ ਵੇਖੋ ਹੁਣ ਚੱਲੇ ਅੰਦਰ। ਆਪਣਾ ਹੋ ਗਿਆ ਡਨ ਲਾਇਸੈਂਸ ਤਾਂ, ਉਹਨਾਂ ਨੇ ਸਾਨੂੰ ਲਰਨਿੰਗ ਦਿੱਤਾ ਅਤੇ ਕਹਿੰਦੇ ਆ ਜਾਏਗਾ ਤੁਹਾਡਾ ਥੋੜ੍ਹੇ ਦਿਨਾਂ ਤੱਕ ਲਾਇਸੈਂਸ। ਅਤੇ ਬਾਕੀ ਹੁਣ ਆਪਾਂ ਆ ਗਏ ਟ੍ਰੇਨ ਸਟੇਸ਼ਨ ਦੇ ਪਿੱਛੇ ਆ ਅਤੇ ਟਿਕਟਾਂ ਵੀ ਲੈ ਲਈਆਂ ਹੋਈਆਂ ਨੇ ਅਤੇ ਘੰਟੇ ਦਾ ਆਪਾਂ ਹੁਣ ਕਰਨੀ ਇੱਥੇ ਵੇਟ ਇੱਕ ਘੰਟਾ ਹੋਰ। 4:17 ਦੇ ਆਪਣੀ ਟ੍ਰੇਨ ਆ ਅਤੇ 3 ਵਜੇ ਨੇ ਅਜੇ, 1.25 ਘੰਟਾ ਪਿਆ ਹੋਰ ਅਤੇ ਬਸ ਹੁਣ ਵੇਟ ਕਰਨੇ ਆ ਇੱਥੇ। ਉਹ ਦੇਖੋ ਆ ਗਈ, ਟਾਈਮ ਵੀ ਹੋ ਗਿਆ, ਬਸ ਚਲੀ ਹੋਰ ਘਰ ਜਾਣਾ ਸਿੱਧਾ 8 ਵਜਣਾ ਘਰ ਜਾ ਕੇ। ਲਓ ਜੀ ਆ ਕੇ ਬਹਿ ਗਿਆ ਆਪਾਂ ਟ੍ਰੇਨ 'ਚ ਅਤੇ ਉੱਤੇ ਦੇਖੋ ਏ ਸੀ ਚੱਲਣ ਦਿਆ ਅੰਦਰ ਚੇਲੇ, ਬਸ ਤੁਰਨ ਵਾਲੀ 2 ਮਿੰਟਾਂ ਤਾਂ ਨਹੀਂ ਬਹਿ ਗਏ ਹੋਏ ਆ।